Press the bell icon on the YouTube app and never miss another update. ਲੜਾਈ ਏਦਾਂ ਕੋਈ ਗੱਲ ਨੀ ਹੋਈ, ਇੱਥੇ ਆਏ ਹਾਂ, ਨਿਆਣੀਆਂ ਗਈਆਂ ਵਾ ਅਜੇ ਆਪਣੇ ਰੋਣ ਕੱਢਣ, ਚਲੋ ਸਾਡਾ ਸਾਨੂੰ ਕੋਈ ਗਰੀਬ ਨੂੰ ਕੋਈ ਹਾਸਲ ਹੋ ਜਾਵੇ, ਇਹ ਕਹਿੰਦਾ ਚਲੋ ਚਲੋ ਭੈਣ ਪਰਿਓ ਚੋ ਕੁੜੀਆਂ ਕਹਿੰਦੇ ਵੀ ਗਾਲਾਂ ਨਾ ਕੱਢੋ ਤੁਸੀਂ, ਅਸੀਂ ਆਪਣੇ ਮਤਲਬ ਨੂੰ ਬੁਲਾਤੇ ਹਾਂ, ਚਲੋ ਚਲੋ ਪਰਿਓ ਇੱਥੇ ਦੇ ਖਾਣੇ ਵਿੱਚ ਅਗਲੇ ਪਾਸੇ ਕੀ ਗੱਲ ਹੋਈ ਹੈ ਇਹਦੇ ਬਾਰੇ ਕੋਈ ਪਤਾ ਨਹੀਂ, ਪਬਲਿਕ ਨੇ ਮਾਰੇ ਉਹਨੇ ਕਿੰਨੇ ਉਹਨਾਂ ਨੇ ਮਾਰਿਆ, ਹੋ ਸਕਦਾ ਮਾਰਿਆ ਕੋਈ ਅਸੀਂ ਦੱਸਦੇ ਨਹੀਂ, ਪਰ ਤਸਦੀਕ ਹੋ ਜੂਗੀ ਤਸਦੀਕ, ਜੋ ਕਾਰਵਾਈ ਹੈਗੀ ਆ ਉਹ ਕਰਾਂਗੇ। ਸਾਨੂੰ ਨਿਆਂ ਮਿਲਣਾ ਚਾਹੀਦਾ, ਜਿਹਦੀ ਗੱਡੀ ਸੀ ਉਹਦਾ ਮਾਲ ਲੱਥ ਗਿਆ, ਉਹਦੀ ਗੱਡੀ ਚੱਲ ਗਈ, ਉਹਦੇ ਬਾਰੇ ਸੀ ਗੱਲਾਂ ਚੱਲਦੀਆਂ ਵੀ ਹੁਣ ਕੀ ਗੱਲ ਹੋਈ ਹੈ, ਹੁਣ ਇੱਥੇ ਜਦੋਂ ਬੋਡੀ ਡੈੱਡ ਬੋਡੀ ਲੈ ਕੇ ਆਏ ਤੇ ਉਹ ਸਾਰੇ ਨੇ ਧਰਨਾ ਲਾਇਆ ਹੋਇਆ ਸੀ, ਜਨਾਨੀਆਂ ਖੜੀਆਂ ਸੀ ਤੇ ਰਣਜੀਤ ਹਵਾਲਦਾਰ ਅੱਗੇ ਆਇਆ, ਜਨਾਨੀਆਂ ਨੂੰ ਧੱਕੇ ਦੇ ਕੇ ਪਿੱਛੇ ਕਰਨ ਲੱਗਾ, ਉਹ ਜਨਾਨੀਆਂ ਨੂੰ ਇਹਨੇ ਗਾਲਾਂ ਵੀ ਕੱਢੀਆਂ ਧੱਕੇ ਮਾਰੇ, ਜਦੋਂ ਪਿੱਛੇ ਨਹੀਂ ਹਟੀਆਂ ਤੇ ਉਹਨੇ ਫੜ ਕੇ ਇੱਕ ਜਨਾਨੀ ਦੇ ਡੰਡਾ ਮਾਰਿਆ, ਦੂਜੀ ਇੱਟ ਚੱਕ ਕੇ ਉਹ ਜਨਾਨੀ ਲਹੂ ਲੁਹਾਨ ਕਰ ਦਿੱਤੀ, ਉਹ ਹਸਪਤਾਲ ਪਈ ਦਾਖਲ, ਜਿਹਨੂੰ ਰਣਜੀਤ ਹਵਾਲਦਾਰ ਨੇ ਇੱਥੇ ਮਾਰਿਆ। ਇੱਕ ਦਾ ਸਿਰ ਬਹੁਤ ਵੱਟਾ ਵਾ, ਜਦੋਂ ਬਹੁਤ ਲੋਹ ਲੁਹਾਣ ਦੂਜੀਆਂ ਦੇ ਇੱਕ ਦੋ ਦੋ ਬੱਚੀਆਂ ਵਾ, ਉੱਥੇ ਵੜ ਗਿਆ ਮਗਰ ਗਈਆਂ ਜਨਾਨੀਆਂ, ਉਹਨੇ ਅੱਗੋਂ ਡਾਂਗਾ ਚਲਾ ਲੜਾਈ ਹੋਈ ਆ। ਬਸ ਗਰੀਬ ਦੀ ਗੱਲ ਨੀ ਸੁਣਦਾ, ਦੇ ਦਿੰਦਾ ਉਹਦੀ ਗੱਲ ਸੁਣਦਾ ਗਰੀਬ, Press the bell icon on the YouTube app and never miss another update.